ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਪਰੁਨਕੌਰ ਮਾਨ ਹਾਜ਼ਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੀਲ ਯੂਐਸਟੀਵੀ ਅਮਰੀਕਾ ਵੱਲੋਂ ਬਗੈਰ ਵੀਜ਼ਾ ਤੋਂ ਆਏ 540000 ਪ੍ਰਵਾਸੀਆਂ ਦਾ ਸਵਾਗਤ ਅਮਰੀਕਾ ਯੂਕੇ ਵਿੱਚ ਬਸਣ ਦੇ ਇੱਛਕ ਭਾਰਤੀਆਂ ਦੇ ਸੁਪਨੇ ਟੁੱਟੇ ਯੂਕੇ ਜਾਣ ਵਾਲਿਆਂ ਲਈ ਵੱਡਾ ਚਟਕਾ ਵੀਜ਼ਾ ਫੀਸ ਵਿੱਚ ਜਲਦ 20% ਵਾਧੇ ਦੀ ਸੰਭਾਵਨਾ ਐਚ1ਵੀ ਵੀਜ਼ਾ ਲਈ ਲਾਟਰੀ ਚੋਣ ਦਾ ਦੂਜਾ ਦੌਰ ਛੇਤੀ ਹੋਵੇਗਾ ਸ਼ੁਰੂ 40% ਤੋਂ ਵੱਧ ਗੈਰ ਪ੍ਰਵਾਸੀ ਭਾਰਤੀ ਖਾੜੀ ਦੇਸ਼ਾਂ 'ਚ ਵਸੇ ਭਾਰਤੀ ਗ੍ਰੀਨ ਕਾਰਡ ਬਿਨੇ ਕਾਰਾਂ ਨੂੰ ਮਿਲੇ ਤਰਜੀਹ ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਲਿਖਿਆ ਪੱਤਰ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖਬਰ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਨੂੰ ਲੈ ਕੇ ਸਰਕਾਰ ਦਾ ਅਹਿਮ ਐਲਾਨ ਇਮੀਗ੍ਰੇਸ਼ਨ ਰਾਹੀਂ ਕੈਨੇਡਾ ਵਿੱਚ ਸਸਤੇ ਮਕਾਨ ਬਣਾਉਣੇ ਸੰਭਵ ਮੈਕਸੀਕੋ ਦੇ ਵਿੱਚ ਪ੍ਰਵਾਸੀਆਂ ਨਾਲ ਭਰੀ ਵੈਨ ਨਾਲ ਵੱਡਾ ਹਾਦਸਾ ਬੱਚੇ ਸਣੇ 5 ਦੀ ਮੌਤ 18 ਜ਼ਖਮੀ ਤੁਰਕੀ ਦੇ ਵਿੱਚ 35000 ਗੈਰ ਕਾਨੂੰਨੀ ਪ੍ਰਵਾਸੀ ਹਿਰਾਸਤਤ ਦੇ ਵਿੱਚ 16000 ਨੂੰ ਦਿੱਤਾ ਗਿਆ ਦੇਸ਼ ਨਿਕਾਲਾ ਬਿਗੈਰ ਲਾਇਸੈਂਸ ਚੱਲ ਰਹੇ ਤਿੰਨ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵਿਰੁੱਧ ਮਾਮਲਾ ਦਰਜ ਕੈਨੇਡੀਅਨ ਅਦਾਲਤ ਵਿੱਚ ਭਾਰਤੀ ਦਾ ਵੱਡਾ ਕਬੂਲਨਾਮਾ ਗੈਰ ਕਾਨੂੰਨੀ ਢੰਗ ਨਾਲ ਯੂਐਸ ਪੇਜੇ ਹਜ਼ਾਰਾਂ ਲੋਕ ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਇਤਿਹਾਸ ਦੇ ਵਿੱਚ ਪਹਿਲੀ ਵਾਰ 2 ਸਾਲ ਤੋਂ ਘੱਟ ਸਮੇਂ ਦੇ ਦੌਰਾਨ 540000 ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਹੈ ਪਿਛਲੇ ਦਿਨੀ ਜਾਰੀ ਕੀਤੇ ਗਏ ਅੰਕੜਿਆਂ ਦੇ ਹਿਸਾਬ ਦੇ ਨਾਲ ਇਨ੍ਹਾਂ ਚ ਵੱਡੀ ਗਿਣਤੀ ਬਗੈਰ ਵੀਜ਼ਾ ਤੋਂ ਆਏ ਪ੍ਰਵਾਸੀਆਂ ਦੀ ਹੈ ਪਰ ਇਹਨਾਂ ਨੂੰ ਮੁਲਕ ਵਿੱਚ ਕਾਨੂੰਨੀ ਤਰੀਕੇ ਨਾਲ ਰਹਿਣ ਦਾ ਅਰਜ਼ੀ ਹੱਕ ਦਿੱਤਾ ਗਿਆ ਸੀਬੀਐਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਜੋ ਵਾਈਡਨ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਮਾਰਦਿਆਂ ਜਿੱਥੇ ਗੈਰ ਕਾਨੂੰਨੀ ਪ੍ਰਵਾਸ ਨੂੰ ਕਿਸੇ ਹੱਦ ਤੱਕ ਠੱਲ ਪਾਈ ਹੈ ਉੱਥੇ ਉਦਯੋਗ ਅਤੇ ਕਾਰੋਬਾਰੀਆਂ ਲਈ ਕੀਰਤੀਆਂ ਦਾ ਵੀ ਪ੍ਰਬੰਧ ਕਰ ਦਿੱਤਾ ਸੀਬੀਪੀ ਵਨ ਐਪ ਰਾਹੀਂ 3 ਜੂਨ ਤੱਕ 133000 ਪ੍ਰਵਾਸੀਆਂ ਨੂੰ ਦਾਖਲਾ ਦਿੱਤਾ ਗਿਆ ਜਦਕਿ ਪੈਰੋਲ ਦੇ ਅਧਿਕਾਰੀਆਂ ਦੀ ਅਨੇ ਬਾਵਰਤੋ ਕਰਦੇ ਹਾਂ 168000 ਅਜਿਹੇ ਪ੍ਰਵਾਸੀਆਂ ਲਈ ਦਰਵਾਜ਼ੇ ਖੋਲੇ ਗਏ ਜਿਨ੍ਹਾਂ ਕੋਲ ਅਮਰੀਕੀ ਸਪੌਂਸਰ ਮੌਜੂਦ ਸਨ ਇਸ ਤੋਂ ਇਲਾਵਾ ਯੂਕਰੇਨ ਤੋਂ ਆਏ 141000 ਰਫੀਜੀ ਅਤੇ ਅਫਗਾਨਿਸਤਾਨ ਤੋਂ ਆਏ 77000 ਰਫਿਊਜੀ ਵੀ ਕੁੱਲ ਅੰਕੜੇ ਵਿੱਚ ਸ਼ਾਮਲ ਨੇ ਬਾਇਡਨ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਪੈਰੋਲ ਨਿਯਮ ਪਿਛਲੇ 3 ਦਹਾਕੇ ਦੌਰਾਨ ਸਭ ਤੋਂ ਵੱਧ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਦਾਖਲ ਹੋਣ ਦਾ ਆਧਾਰ ਬਣਿਆ ਹੈ ਸੀਬੀਐਸ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਬਾਈਡਨ ਸਰਕਾਰ ਨੇ ਸੰਸਦ ਦੀ ਸਹਿਮਤੀ ਤੋਂ ਬਿਨਾਂ ਪੈਰੋਲ ਨਿਯਮ ਕੜਿਆਏ ਅਤੇ ਵੱਡੇ ਪੱਧਰ ਤੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਮਰੀਕਾ ਦਾ ਯੂਕੇ ਵਿੱਚ ਬਸਣ ਬਾਰੇ ਸੋਚ ਰਹੇ ਹੋ ਤਾਂ ਭਾਰਤੀਆਂ ਦੇ ਸੁਪਨੇ ਟੁੱਟਦੇ ਵੀ ਨਜ਼ਰ ਆ ਰਹੇ ਨੇ ਜਦੋਂ ਦੋਹਾਂ ਮੁਲਕਾਂ ਵਿੱਚ ਇੱਕ ਮਗਰੋਂ ਇੱਕ ਇਮੀਗ੍ਰੇਸ਼ਨ ਵਿਰੋਧੀ ਫੈਸਲੇ ਆਉਣ ਲੱਗੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕ ਵੱਲੋਂ ਵੀਜ਼ਾ ਫੀਸ ਅਤੇ NHS ਐਕਸੈਸ ਫੀਸ ਦੁੱਗਣੀ ਕਰ ਦਿੱਤੀ ਗਈ ਜਦਕਿ ਅਮਰੀਕਾ ਨੇ 6 ਮਹੀਨੇ ਦੌਰਾਨ 50 ਹਜ਼ਾਰ H1B ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਯੂਕੇ ਸਰਕਾਰ ਵੱਲੋਂ ਵੀਜ਼ਾ ਫੀਸ ਅਤੇ ਹੋਰ ਖਰਚਿਆਂ ਵਿੱਚ ਵਾਧੇ ਪਿਛਲੇ ਕਈ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਵਾਅਦਿਆਂ ਨੂੰ ਲੈ ਕੇ ਪਰ ਭਾਰਤੀ ਲੋਕ ਕਸੂਤੇ ਘਿਰੇ ਹੋਏ ਨੇ ਯੂਕੇ ਸਰਕਾਰ ਵੱਲੋਂ 2024 ਤੱਕ ਵਰਕ ਪਰਮਿਟ ਅਤੇ ਵੀਜ਼ਾ ਲਈ ਫੀਸਾਂ ਵਿੱਚ ਵਾਅਦਾ ਕਰਨ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਲਗਭਗ ਜੇ ਹੁਣ ਫੇਰ ਹੋਇਆ ਤਾਂ 20% ਹੋਏਗਾ ਹਾਲਾਂਕਿ ਨਵਾਂ ਉਪਾਅ ਅਜੇ ਲਾਗੂ ਹੋਣਾ ਹੈ ਮਾਹਿਰ ਕਮਲੇ ਪਰਵਾਸ ਕਰਨ ਦੀ ਯੋਜਨਾ ਬਣਾ ਰਹੇ ਵਿਅਕਤੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਸਲਾਹ ਦਿੰਦੇ ਨੇ ਜਿਨ੍ਹਾਂ ਦੇ ਕੋਲ ਨੌਕਰੀ ਦੀ ਪੇਸ਼ਕਸ਼ ਹੈ ਜਾਂ ਯੂਕੇ ਦੀ ਰੋਜ਼ਗਾਰ ਰਤਾਵਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਉਹਨਾਂ ਨੂੰ ਉੱਚੀਆਂ ਫੀਸਾਂ ਤੋਂ ਬਚਣ ਦੇ ਲਈ ਆਪਣੀਆਂ ਯੋਜਨਾਵਾਂ ਨੂੰ ਜਲਦੀ ਅੰਤਮ ਰੂਪ ਦੇਣਾ ਚਾਹੀਦਾ ਹੈ ਯੂਕੇ ਵੀਜ਼ਾਸ ਲਈ ਇੱਕ ਨਵਾਂ ਮੁੱਲ ਢਾਂਚਾ ਪੇਸ਼ ਕਰਨ ਲਈ ਤਿਆਰ ਹੈ ਜਿਸ ਵਿੱਚ ਵਰਕ ਅਤੇ ਵਿਜ਼ਿਟ ਵੀਜ਼ਾ ਫੀਸਾਂ ਵਿੱਚ 15% ਅਤੇ ਹੋਰ ਵੀਜ਼ਾ ਕਿਸਮਾਂ 'ਚ ਘੱਟੋ-ਘੱਟ 20% ਦਾ ਵਾਅਦਾ ਹੋਏਗਾ ਅਮਰੀਕਾ ਚ ਬਿੱਤੀ ਸਾਲ 2024 ਲਈ H1B ਵੀਜ਼ਾ ਲਈ ਰੈਂਡਮ ਲੋਟਰੀ ਚੋਂ ਦਾ ਦੂਜਾ ਦੌਰ ਜਲਦੀ ਹੀ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਤੈਅ ਕੀਤਾ ਗਿਆ ਸੀਗਾ ਕਿ ਲੋੜਿੰਦੀ ਗਿਣਤੀ ਤੱਕ ਪਹੁੰਚਣ ਦੇ ਲਈ ਵਾਧੂ ਰਜਿਸਟ੍ਰੇਸ਼ਨਸ ਦੀ ਲੋੜ ਕਰਨ ਦੀ ਲੋੜ ਹੈ US ਫੈਡਰਲ ਇਮੀਗ੍ਰੇਸ਼ਨ ਏਜੰਸੀ ਨੇ ਇੱਕ ਅਜਿਹੇ ਫੈਸਲੇ ਦਾ ਐਲਾਨ ਕੀਤਾ ਹੈ ਜਿਸ ਦਾ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਹੋ ਸਕਦਾ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਵੀਰਵਾਰ ਨੂੰ ਕਿਹਾ ਸੀਗਾ ਕਿ ਉਹ ਰੈਂਡਮ ਚੋਣ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਪਹਿਲਾਂ ਜਮ੍ਹਾਂ ਕੀਤੀਆਂ ਗਈਆਂ ਇਲੈਕਟ੍ਰੋਨਿਕ ਰਜਿਸਟ੍ਰੇਸ਼ਨਜ਼ ਵਿੱਚੋਂ ਬਾਦੂ ਰਜਿਸਟ੍ਰੇਸ਼ਨਜ਼ ਦੀ ਚੋਣ ਕਰੇਗੀ ਮਾਰਚ ਵਿੱਚ ਯੂਐਸਸੀਆਈਐਸ ਨੇ ਵਿੱਤੀ ਸਾਲ 2024 ਐਚ1ਵੀ ਕੈਪਲੇ ਪੇਸ਼ ਕੀਤੀਆਂ ਇਲੈਕਟ੍ਰੋਨਿਕ ਰਜਿਸਟ੍ਰੇਸ਼ਨਜ਼ ਦੀ ਇੱਕ ਸ਼ੁਰੂਆਤੀ ਰੈਂਡਮ ਚੋਣ ਕੀਤੀ ਜਿਸ ਵਿੱਚ ਐਡਵਾਂਸ ਡਿਗਰੀ ਛੋੜਦੇ ਲਈ ਯੋਗ ਲਾਭਪਾਤਰੀ ਸ਼ਾਮਲ ਸਨ ਵਿੱਤੀ ਸਾਲ 2024 ਲਈ ਚੁਣੀਆਂ ਗਈਆਂ ਰਜਿਸਟ੍ਰੇਸ਼ਨਜ਼ ਵਾਲੇ ਪਟੀਸ਼ਨਰ ਹੀ H1B ਕੈਪ ਵਿਜ਼ਾ ਪਟੀਸ਼ਨ ਦਾਇਰ ਕਰਨ ਦੇ ਯੋਗ ਨੇ ਵਿੱਤੀ ਸਾਲ 2024 ਲਈ ਚੁਣੀਆਂ ਗਈਆਂ ਰਜਿਸਟ੍ਰੇਸ਼ਨਸ ਵਾਲੇ ਲੋਕਾਂ ਲਈ ਸ਼ੁਰੂਆਤੀ ਫਾਈਲਿੰਗ ਦੀ ਮਿਆਦ 1 April 2023 ਤੋਂ 30 June 2023 ਤੱਕ ਸੀ ਇੱਥੇ ਦੱਸ ਦਈਏ ਕਿ H1B ਵੀ ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿਤੇਆਂ ਜ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਤੇ ਨਿਰਭਰ ਕਰਦੀਆਂ ਨੇ ਯੂਐਸਆਈਐਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਹਾਲ ਹੀ ਵਿੱਚ ਇੱਕ ਨਿਸ਼ਚਿਤ ਕੀਤਾ ਹੈ ਕਿ ਸਾਨੂੰ ਵਿੱਤੀ ਸਾਲ 2024 ਦੀ ਲੋੜਿੰਦੀ ਗਿਣਤੀ ਤੱਕ ਪਹੁੰਚਣ ਲਈ ਵਾਧੂ ਰਜਿਸਟ੍ਰੇਸ਼ਨ ਦੀ ਚੂਣ ਕਰਨ ਦੀ ਲੋੜ ਹੋਣੀ ਹੈ ਜਲਦੀ ਹੀ ਅਸੀਂ ਇੱਕ ਰੈਂਡਮ ਚੋਣ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਪਹਿਲਾਂ ਤੋਂ ਜਮਾ ਇਲੈਕਟ੍ਰੋਨਿਕ ਰਜਿਸਟ੍ਰੇਸ਼ਨਜ਼ ਵਿੱਚੋਂ ਵਾਧੂ ਰਜਿਸਟ੍ਰੇਸ਼ਨਜ਼ ਦੀ ਚੋਣ ਕਰਾਂਗੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਸੀਂ ਇਸ ਦੂਜੀ ਚੋਣ ਪ੍ਰਕਿਰਿਆ ਨੂੰ ਪੂਰਾ ਕਰ ਲਾਂਗੇ ਤਾਂ ਇਸ ਦੌਰ ਤੋਂ ਚੁਣੇ ਹੋਏ ਰਜਿਸਟ੍ਰੇਸ਼ਨਜ਼ ਵਾਲੇ ਸਾਰੇ ਸੰਭਾਵੀ ਪਟੀਸ਼ਨਰਸ ਨੂੰ ਸੂਚਿਤ ਕਰਦਿਆਂ ਕਿ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਚੁਣੇ ਹੋਏ ਰਜਿਸਟ੍ਰੇਸ਼ਨਸ ਵਾਲੇ ਨੇ ਉਹਨਾਂ ਦੇ ਖਾਤੇ ਨੂੰ ਇੱਕ ਚੋਣ ਨੋਟਿਸ ਸ਼ਾਮਿਲ ਕਰਨ ਦੇ ਲਈ ਅਪਡੇਟ ਕੀਤਾ ਜਾਏਗਾ ਜਿਸ ਵਿੱਚ ਇਹ ਵੇਰਵੇ ਸ਼ਾਮਿਲ ਹੋਣਗੇ ਕਿ ਕਦੋਂ ਅਤੇ ਕਿੱਥੇ ਫਾਈਲ ਕਰਨੀ ਹੈ ਗੌਰਤਲਬ ਹੈ ਕਿ ਕਾਂਗਰਸ ਦੇ ਦੁਆਰਾ ਲਾਜ਼ਮੀ ਯੂਐਸਸੀਆਈਐਸ ਇੱਕ ਸਾਲ ਵਿੱਚ ਵੱਧ ਤੋਂ ਵੱਧ 65000 ਐਚ1ਵੀ ਵੀਜ਼ਾ ਜਾਰੀ ਕਰ ਸਕਦਾ ਹੈ ਇਹ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ 20000 ਹੋਰ ਐਚ1ਵੀ ਵੀਜ਼ਾ ਵੀ ਜਾਰੀ ਕਰ ਸਕਦਾ ਹੈ ਜਿਨ੍ਹਾਂ ਨੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ਦੇ ਵਿੱਚ ਇੱਕ ਅਮਰੀਕੀ ਯੂਨੀਵਰਸਿਟੀ ਤੋਂ ਉੱਚ ਪੜ੍ਹਾਈ ਪੂਰੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕਾਂਟਈ ਦੇ ਜਵਾਬ ਦੇ ਵਿੱਚ ਦੱਸਿਆ ਕਿ ਅੰਦਾਜ਼ਨ 1 ਕਰੋੜ 34 ਲੱਖ ਗੈਰ ਪ੍ਰਵਾਸੀ ਭਾਰਤੀਆਂ ਦੇ ਵਿੱਚੋਂ 68% ਤੋਂ ਵੱਧ ਖਾੜੀ ਦੇਸ਼ UAE, ਸਾਊਦੀਆਰਬ, ਕੁਵੈਤ, ਕਤਰ, ਉਮਾਨ ਅਤੇ ਬਹਿਰਨ ਵਿੱਚ ਰਹਿੰਦੇ ਨੇ। ਮੰਤਰਾਲੇ ਨੇ ਕਿਹਾ ਕਿ ਅੰਕੜੇ ਮਾਰਚ 2022 ਤੱਕ ਦੇ ਨੇ। ਐਨ ਆਰ ਆਈ ਇੱਕ ਭਾਰਤੀ ਨਾਗਰਿਕ ਹੈ ਜੋ ਆਮ ਤੌਰ ਤੇ ਭਾਰਤ ਤੋਂ ਬਾਹਰ ਰਹਿੰਦਾ ਹੈ ਅਤੇ ਇੱਕ ਭਾਰਤੀ ਪਾਸਪੋਰਟ ਰੱਖਦਾ ਹੈ। Nagpur ਸਥਿਤ ਬੈਂਕਰ ਅਤੇ ਅਬੇ ਕੋਲਾਰਕ ਨੇ ਕਿਹਾ ਹੈ ਕਿ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਸੂਚਨਾ ਦੇ ਅਧਿਕਾਰ ਦੇ ਤਹਿਤ ਭਾਰਤੀ ਮੂਲ ਦੇ ਲੋਕਾਂ ਅਤੇ ਵਿਅਕਤੀਆਂ ਨਾਲ ਸੰਬੰਧਿਤ ਡਾਟਾ ਮੰਗਿਆ ਸੀ ਅਤੇ ਮੰਤਰਾਲੇ ਦੇ ਜਵਾਬ ਜੂਨ ਦੇ ਅਖੀਰਲੇ ਹਫ਼ਤੇ ਉਹਨਾਂ ਦੇ ਕੋਲ ਪਹੁੰਚੇ। ਮੰਤ੍ਰਾਲਾ ਨੇ ਦੱਸਿਆ ਕਿ ਅੰਦਾਜ਼ਨ 1.34 ਕਰੋੜ ਭਾਰਤੀ 210 ਦੇਸ਼ਾਂ ਵਿੱਚ ਰਹਿੰਦੇ ਨੇ ਅਤੇ ਇਹਨਾਂ ਦੇ ਵਿੱਚੋਂ 88.8 ਲੱਖ ਐਨ ਆਰ ਆਈ ਖਾੜੀ ਦੇ 6 ਦੇਸ਼ਾਂ 'ਚ ਰਹਿੰਦੇ ਨੇ ਜਿਨ੍ਹਾਂ 'ਚ 33.1 ਲੱਖ ਸੰਯੁਕਤ ਅਰਬ ਅਮੀਰਾਤ 25.9 ਲੱਖ ਸਾਊਦੀ ਅਰਬ ਕੁਵੈਤ ਵਿੱਚ 10.2 ਲੱਖ ਕਤਰ ਵਿੱਚ 7.4 ਲੱਖ ਉਮਾਨ ਵਿੱਚ 7.7 ਤੇ ਬਹਿਰੀਨ ਵਿੱਚ 3.2 ਲੱਖ ਲੋਕ ਰਹਿੰਦੇ ਹਨ ਅਮਰੀਕਾ ਦੇ ਸੰਸਦ ਮੈਂਬਰ ਦੇ ਇੱਕ ਸਮੂਹ ਨੇ ਜੋ ਵਾਈਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਗ੍ਰੀਨ ਕਾਰਡ ਲਈ ਭਾਰਤੀ ਅਰਜ਼ੀਕਾਰਾਂ ਨੂੰ ਪਹਿਲ ਦੇਣ ਸੰਬੰਧੀ ਕਦਮ ਚੁੱਕੇ ਜਾਣੇ ਚਾਹੀਦੇ ਨੇ ਜਿਸ ਨਾਲ ਅਰਜ਼ੀਕਾਰਾਂ ਲਈ 195 ਸਾਲ ਦੀ ਜਿਹੜੀ ਉਡੀਕ ਹੈ ਉਸ ਮਿਆਦ ਨੂੰ ਖਤਮ ਕੀਤਾ ਜਾ ਸਕੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਤੇ ਲੈਰੀ ਦੀ ਅਗਵਾਈ ਦੇ ਵਿੱਚ 56 ਸੰਸਦ ਮੈਂਬਰਾਂ ਦੇ ਸਮੂਹ ਨੇ ਇਸ ਸੰਬੰਧ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਪੱਤਰ ਭੇਜਿਆ ਪੱਤਰ ਦੇ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਬਿਊਰੋ ਆਫ ਕੰਸੂਲਰ ਅਫੇਅਰਜ਼ ਵੱਲੋਂ ਪ੍ਰਕਾਸ਼ਿਤ ਰੋਜ਼ਗਾਰ ਅਧਾਰਿਤ ਵੀਜ਼ਾ ਬੁਲੇਟਿਨ 'ਚ ਰੋਜ਼ਗਾਰ ਅਧਾਰਿਤ ਵੀਜ਼ਾ ਅਰਜ਼ੀ ਦਾਖਲ ਕਰਨ ਦੀਆਂ ਸਾਰੀਆਂ ਤਰੀਕਾਂ ਨੂੰ ਮੌਜੂਦਾ ਦੇ ਰੂਪ 'ਚ ਨਿਸ਼ਾਨਦੇਹੀ ਕਰਨ ਦੀ ਵੀ ਅਪੀਲ ਕੀਤੀ ਹੈ ਹੈਰਾਨੀਜਨਕ ਹੈ ਕਿ ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ਤੇ ਸਥਾਈ ਤੌਰ ਤੇ ਅਮਰੀਕਾ 'ਚ ਨਿਵਾਸ ਦਾ ਅਧਿਕਾਰ ਮੰਨਿਆ ਜਾਂਦਾ ਹੈ ਮੌਜੂਦਾ ਸਮੇਂ 'ਚ ਗ੍ਰੀਨ ਕਾਰਡ ਦੀ ਅਲਾਟਮੈਂਟ ਨੂੰ ਲੈ ਕੇ ਹਰ ਦੇਸ਼ ਲਈ 7% ਦੀ ਹੱਦ ਨਿਰਧਾਰਿਤ ਹੈ ਇਹ ਭਾਰਤ ਵਰਗੇ ਦੇਸ਼ਾਂ ਲਈ ਬੇहद ਪਰੇਸ਼ਾਨੀ ਪੈਦਾ ਕਰ ਰਹੀ ਹੈ ਜਿੱਥੇ ਵੱਧ ਅਰਜ਼ੀਆਂ ਆਈਆਂ ਨੇ ਹਾਲਾਤ ਇਹ ਨੇ ਕਿ ਬੈਕਲੌਗ 195 ਸਾਲ ਤੱਕ ਦਾ ਪਹੁੰਚ ਗਿਆ ਹੈ ਕੈਨੇਡਾ ਸਰਕਾਰ ਨੇ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਖੁਸ਼ਖਬਰੀ ਦਿੱਤੀ ਦਰਅਸਲ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਕਿਰਿਆ 'ਚ ਸੁਧਾਰ ਨੂੰ ਲੈ ਕੇ ਅਹਿਮ ਐਲਾਨ ਕੀਤੇ ਕੈਨੇਡਾ ਨੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਕਰਨ ਲਈ ਪਰਿਵਾਰਕ ਵੀਜ਼ਾ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਇਸ ਦੇ ਤਹਿਤ ਸਪਾਊਸ ਵੀਜ਼ਾ ਸ਼੍ਰੇਣੀ ਵਿੱਚ ਪਤੀ ਆਪਣੇ ਪਤਨੀ ਲਈ ਅਤੇ ਪਤਨੀ ਆਪਣੇ ਪਤੀ ਲਈ ਅਰਜ਼ੀ ਦੇ ਸਕਦੇ ਨੇ ਇਸ ਤੋਂ ਬਾਅਦ ਦੀ ਸਾਰੀ ਪ੍ਰਕਿਰਿਆ 30 ਦਿਨਾਂ ਵਿੱਚ ਪੂਰੀ ਕੀਤੀ ਜਾਏਗੀ ਇਸ ਤੋਂ ਇਲਾਵਾ ਪਰਿਵਾਰਕ ਵੀਜ਼ਾ ਸ਼੍ਰੇਣੀ ਵਿੱਚ ਕੈਨੇਡਾ ਤੋਂ ਬਾਹਰ रहे ਬੱਚਿਆਂ ਦੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵੀ 30 ਦਿਨਾਂ ਤੱਕ ਪੂਰੀ ਕੀਤੀ ਜਾ ਸਕਦੀ ਹੈ ਇਹ ਜਾਣਕਾਰੀ ਇੱਕ ਨਿੱਜੀ ਅਖਬਾਰ ਤੋਂ ਲਈ ਗਈ ਹੈ। ਕੈਨੇਡੀਅਨ ਆਰਥਿਕ ਮਾਰਾਂ ਦੇ ਵੱਲੋਂ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਚੜ੍ਹਦੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਉਲਟ ਨਵੇਂ ਹਾਊਸਿੰਗ ਮੰਤਰੀ ਫਰੇਜ਼ਰ ਨੇ ਕਿਹਾ ਕਿ ਇਮੀਗ੍ਰੇਸ਼ਨ ਰਾਹੀਂ ਦੀ ਕੀਮਤੀ ਦਰਾਂ ਤੇ ਰਿਹائش ਮੁਹੱਈਆ ਕਰਵਾਈ ਜਾ ਸਕਦੀ ਹੈ ਇਮੀਗ੍ਰੇਸ਼ਨ ਮੰਤਰੀ ਰਹਿ ਚੁਕੇ ਫਰੇਜ਼ਰ ਨੇ ਨਮੀ ਜ਼ਿੰਮੇਵਾਰੀ ਮਿਲਨ ਮਗਰੋਂ ਪਹਿਲੀ ਇੰਟਰਵਿਊ ਦੇ ਦੌਰਾਨ ਕਿਹਾ ਕਿ ਨਵੇਂ ਪ੍ਰਵਾਸੀਆਂ ਵਾਸਤੇ ਦਰਵਾਜ਼ੇ ਬੰਦ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਇਸ ਦੀ ਬਜਾਏ ਨਵੇਂ ਮਕਾਨ ਦੀ ਵੱਧ ਤੋਂ ਵੱਧ ਉਸਾਰੀ ਤੇ ਜ਼ੋਰ ਦੇਣਾ ਹੋਵੇਗਾ ਫਰੇਜ਼ਰ ਨੂੰ ਅਜਿਹੇ ਸਮੇਂ ਹਾਊਸਿੰਗ ਮੰਤਰਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਜਦੋਂ ਮੁਲਕ ਸਸਤੇ ਮਕਾਨਾਂ ਦੀ ਉਪਲਬਧਤਾ ਵਾਸਤੇ ਜੂਝ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਤੌਰ ਇਮੀਗ੍ਰੇਸ਼ਨ ਮੰਤਰੀ ਜਦੋਂ ਉਹ ਡਿਵੈਲਪਰਾਂ ਨਾਲ ਗੱਲ ਕਰਦੇ ਸੀ ਤਾਂ ਇੱਕੋ ਜਵਾਬ ਮਿਲਦਾ ਸੀ ਲੇਬਰ ਦੀ ਕਮੀ ਕਾਰਨ ਪ੍ਰੋਜੈਕਟ ਪੂਰੇ ਕਰਨਾ ਮੁਸ਼ਕਿਲ ਹੈ ਨਵੇਂ ਕਿਰਤੀਆਂ ਦੀ ਆਮਦ ਦੇ ਨਾਲ ਨਵੇਂ ਮਕਾਨਾਂ ਦੀ ਤੇਜ਼ੀ ਨਾਲ ਉਸਾਰੀ ਸੰਭਵ ਹੋ ਸਕੇਗੀ ਅਤੇ ਰਿਹਾਇਸ਼ ਦਾ ਸੰਕਟ ਦੂਰ ਕੀਤਾ ਜਾ ਸਕੇਗਾ ਮੈਕਸੀਕੋ ਦੇ ਦੱਖਣੀ ਖਾੜੀ ਤੱਟ ਤੇ ਇੱਕ ਵੈਨ ਦੇ ਹਾਦਸਾ ਗ੍ਰਸਥ ਹੋਣ ਕਾਰਨ ਉਸ ਤੇ ਵਿੱਚ ਸਵਾਰ ਕੋਇਡਾ ਰਸਤੇ ਪੰਜ ਪ੍ਰਵਾਸੀਆਂ ਦੀ ਮੌਤ ਹੋ ਗਈ ਅੱਠ ਹੋਰ ਲੋਕ ਜ਼ਖਮੀ ਹੋਏ ਸਨ ਮੈਕਸੀਕੋ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਇਹ ਜਾਣਕਾਰੀ ਦਿੱਤੀ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਚਾਰ ਔਰਤਾਂ ਤੇ ਦੋ ਸਾਲਾਂ ਇੱਕ ਬੱਚਾ ਵੀ ਸ਼ਾਮਲ ਹੈ ਜ਼ਖਮੀਆਂ ਦੇ ਵਿੱਚ ਵੀ ਘੱਟੋ ਘੱਟ 6 ਬੱਚੇ ਸ਼ਾਮਲ ਨੇ ਜਿਸ ਤਰ੍ਹਾਂ ਦੀ ਵੈਨ ਵਿੱਚ ਇਹ 23 ਪ੍ਰਵਾਸੀ ਸਵਾਰਦਾਨ ਉਸ ਦਾ ਇਸਤੇਮਾਲ ਦੱਖਣੀ ਮੈਕਸਿਕੋ ਵਿੱਚ ਲੋਕਾਂ ਨੂੰ ਲਿਜਾਣ ਅਤੇ ਪ੍ਰਵਾਸੀਆਂ ਦੀ ਤਸਕਰੀ ਲਈ ਅਕਸਰ ਕੀਤਾ ਜਾਂਦਾ ਹੈ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਵੱਲੋਂ ਮਹੱਈਆ ਆਈਆਂ ਗਈਆਂ ਤਸਵੀਰਾਂ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਵੈਨ ਹਾਈਵੇ ਤੇ ਫਿਸਲ ਕੇ ਪਲਟ ਗਈ ਇਹ ਹਾਦਸਾ ਵੀਰਵਾਰ ਨੂੰ ਖਾੜੀ ਤੱਟ ਰਾਸ ਤਬਾਸਕੋ ਵਿੱਚ ਕੋਰਡੇਨਜ਼ ਸ਼ਹਿਰ ਦੇ ਨੇੜੇ ਹਾਈਵੇ ਤੇ ਵਾਪਰਿਆ ਸੀ ਤੁਰਕੀ ਵਿੱਚ 35000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਦੇ ਵਿੱਚੋਂ 16000 ਤੋਂ ਵੱਧ ਨੂੰ ਪਿਛਲੇ 2 ਮਹੀਨਿਆਂ 'ਚ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੁਰਕੀ ਦਾ ਗ੍ਰਹਿ ਮੰਤਰੀ ਅਲੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਇਹ ਹਾਬਰ ਪ੍ਰਸਾਰਣ ਕਰਤਾ ਅਤੇ ਇੱਕ ਟੈਲੀਵਿਜ਼ਨ ਤੇ ਕਿਹਾ ਗਿਆ ਕਿ ਪਿਛਲੇ 2 ਮਹੀਨਿਆਂ ਚ ਛਾਪੇ ਮਾਰੀ ਦੇ ਨਤੀਜੇ ਵਜੋਂ 35797 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆਏ। ਇਹਨਾਂ ਦੇ ਵਿੱਚੋਂ 16018 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਅਤੇ ਹੋਰ 19502 ਦੇ ਵਿਰੁੱਧ ਦੇਸ਼ ਨਿਕਾਲਾ ਕੇਂਦਰਾਂ ਵਿੱਚ ਜ਼ਰੂਰੀ ਪ੍ਰਕਿਰਿਆਵਾਂ ਕੀਤੀਆਂ ਜਾ ਰਹੀਆਂ ਨੇ। ਮੰਤਰੀ ਨੇ ਅੱਗੇ ਕਿਹਾ ਕਿ ਪ੍ਰਯੋਗ ਵਿੱਚ ਇਸਤੰਬੁਲ ਵਿੱਚ ਡਾਇਰੈਕਟੋਰੇਟ ਜਰਨਲ ਆਫ ਮਾਈਗ੍ਰੇਸ਼ਨ ਮੈਨੇਜਮੈਂਟ ਦੇ 9 ਮੋਬਾਈਲ ਕੇਂਦਰ ਸਥਾਪਿਤ ਕੀਤੇ ਗਏ। ਜਿੱਥੇ ਪ੍ਰਵਾਸੀਆਂ ਦੇ ਬਾਇਓਮੈਟ੍ਰਿਕਸ ਅਤੇ ਦੇਸ਼ ਵਿੱਚ ਪ੍ਰਵਾਸ ਦੀ ਸਥਿਤੀ ਦੀ ਤੁਰੰਤ ਜਾਂਚ ਕਰਨਾ ਸੰਭਵ ਹੈ ਉਹਨਾਂ ਨੇ ਕਿਹਾ ਕਿ ਮੰਤਰਾਲਾ ਕੇਂਦਰ ਦੀ ਗਿਣਤੀ ਵਧਾ ਕੇ 48 ਕਰਨ ਦੀ ਯੋਜਨਾ ਬਣਾ ਰਿਹਾ ਹੈ ਨਵੇਂ ਗ੍ਰਹਿ ਮੰਤਰੀ ਦੇ ਅਧੀਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਲਈ ਹੁਣ ਰੋਜ਼ਾਨਾ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਸਰਾਨੀਆਂ ਦੀਆਂ ਕਿਸ਼ਤੀਆਂ ਤੇ ਵੀ ਛਾਪੇਮਾਰੀ ਸ਼ਾਮਲ ਹੈ ਜ਼ੇਰ ਲਿਖ ਆਇਆ ਨੇ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਲੜਾਈ ਨਾ ਰੁਕਣ ਦਾ ਸੰਕਲਪ ਲਿਆਏ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਨੇ ਪਹਿਲਾਂ ਕਿਹਾ ਸੀਗਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਦੇ ਨਤੀਜੇ ਵਜੋਂ ਤੁਰਕੀ ਦੇ ਨਾਗਰਿਕ ਜਲਦੀ ਹੀ ਬਦਲਾਅ ਮਹਿਸੂਸ ਕਰਨਗੇ। ਬਿਨ ਗੈਰ ਲਾਇਸੈਂਸ ਤੋਂ ਚੱਲ ਰਹੇ ਇਮੀਗ੍ਰੇਸ਼ਨ ਅਤੇ ਆਇਲਜ਼ ਸੈਂਟਰਾਂ ਵਿਰੁੱਧ ਕਾਰਵਾਈ ਕਰਦੇ ਹਾਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਤਿੰਨੇ ਸੈਂਟਰ ਗੈਰ ਕਾਨੂੰਨੀ ਟੰਗ ਦੇ ਨਾਲ ਚੱਲ ਰਹੇ ਸਨ ਐਫ ਆਈ ਆਰ ਦਰਜ ਕਰਨ ਮਗਰੋਂ ਇਹਨਾਂ ਦੇ ਮਾਲਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚੋਂ ਅਜੀਤ ਰੋਡ ਸਥਿਤ ਮੀ ਫਲਾਵਰ ਇਮੀਗ੍ਰੇਸ਼ਨ ਸੈਂਟਰ ਹੈ ਜਿਸ ਦਾ ਮਾਲਕ ਹਰਜੀਤ ਸਿੰਘ ਸਿੱਧੂ ਗਰੇ ਮੀਟਰ ਇਮੀਗ੍ਰੇਸ਼ਨ ਅਤੇ ਆਇਲਜ਼ ਸੈਂਟਰ ਦੇ ਮਾਲਕ ਮਨੀਸ਼ ਕੁਮਾਰ ਅਤੇ ਤਲਵੰਡੀ ਸਾਬੋ ਸਥਿਤ ਗਰੇ ਸਟੋਨ ਇਮੀਗ੍ਰੇਸ਼ਨ ਅਤੇ ਆਇਲਜ਼ ਸੈਂਟਰ ਸ਼ਾਮਲ ਨੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗਰੇ ਸਟੋਨ ਇਮੀਗ੍ਰੇਸ਼ਨ ਤੇ ਆਇਲਜ਼ ਸੈਂਟਰ ਦੇ ਮਾਲਕ ਅਤੇ ਉਸਤੇ ਸਾਥੀ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਸਾਰੇ ਮੁਲਜ਼ਮ ਫਰਾਰ ਨੇ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ ਗੈਰ ਕਾਨੂੰਨੀ ਟਾਂਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਸਰਹੱਦ ਦੇ ਪਾਰ 1000 ਤੋਂ ਵੱਧ ਲੋਕਾਂ ਨੂੰ ਭੇਜਣ ਦੇ ਨੌ ਮਾਮਲਿਆਂ ਦੇ ਵਿੱਚ ਭਾਰਤੀ ਮੁੱਲਦੇ ਸਿਮਰਨਜੀਤ ਸਿੰਘ ਸ਼ੈਲੀ ਨੇ ਖੁਦ ਨੂੰ ਦੋਸ਼ੀ ਮੰਨਿਆ ਬ੍ਰਾਮਟਨ ਅਨਟਾਰੀਓ ਦੇ ਰਹਿਣ ਵਾਲੇ 41 ਸਾਲਾ ਸਿਮਰਨਜੀਤ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਉੱਤਰੀ ਜ਼ਿਲ੍ਹਾ ਦੀ ਯੂਐਸ ਫੈਡਰਲ ਅਦਾਲਤ ਵਿੱਚ ਪੇਸ਼ੀ ਦੌਰਾਨ ਮਨੁੱਖੀ ਤਸਕਰੇ ਦੀ ਗੱਲ ਬੰਨੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਸਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਸਿੰਘ ਨੇ ਕਥਿਤ ਤੌਰ ਤੇ ਇੱਕ ਦਲਾਲ ਦੇ ਤੌਰ ਤੇ ਕੰਮ ਕੀਤਾ ਜੋ ਮੁੱਖ ਤੌਰ ਤੇ ਭਾਰਤੀ ਨਾਗਰਿਕਾਂ ਨੂੰ ਯੂ ਐਸ ਵਿੱਚ ਪਹੁੰਚਣ ਦੇ ਲਈ ਪ੍ਰਤੀ ਵਿਅਕਤੀ ਕੋਲੋਂ 5000 ਡਾਲਰ ਤੋਂ 35000 ਡਾਲਰ ਵਸੂਲਦਾ ਸੀ ਸਿਮਰਨਜੀਤ ਦੇ ਪਰਿਵਾਰ ਜਾਂ ਦੋਸਤਾਂ ਵਿੱਚੋਂ ਕੋਈ ਵੀ ਸੁਣਵਾਈ ਮੌਕੇ ਉਸਦੇ ਨਾਲ ਹਾਜ਼ਰ ਨਹੀਂ ਹੋਇਆ ਸਿਮਰਨ ਜਿੱਤ ਦੀ ਪਟੀਸ਼ਨ ਸਮਤੌਤੇ ਵਿੱਚ ਉਸਨੇ ਅਦਾਲਤ ਵਿੱਚ ਇਹ ਵੀ ਸਵੀਕਾਰ ਕੀਤਾ ਕਿ ਉਸਨੇ ਲੋਕਾਂ ਨੂੰ ਭਾਰਤ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦਾ ਪ੍ਰਬੰਧ ਕੀਤਾ ਅਤੇ ਫਿਰ ਉਸਨੇ ਭਾਰਤੀ ਨਾਗਰਿਕਾਂ ਨੂੰ ਕਿਸ਼ਤੀ ਰਾਹੀਂ ਸੈਂਟ ਲਾਰੈਂਸ ਦਾ ਦਰਿਆ ਪਾਰ ਕਰਵਾਇਆ ਅਤੇ ਉਸਨੇ 1000 ਤੋਂ ਵੱਧ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਭੇਜਣ ਦੀ ਤਸਕਰੀ ਕੀਤੀ ਪਾਕਿਸਤਾਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਫਿਲਹਾਲ ਬਰਨਕੌਰ ਮਾਨ ਨੂੰ ਦਿਓ ਆ ਗਿਆ ਤੇ ਤੁਸੀਂ ਸਾਡਾ YouTube ਚੈਨਲ ਪੰਜਾਬ ਮੀਲ USATV ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ